ਅਮਰੀਕੀ ਹਮਲੇ ਵਿੱਚ ਈਰਾਨ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਾਰਨ ਈਰਾਨ ਦੇ ਲੋਕ ਕਾਫੀ ਭੜਕੇ ਹੋਏ ਨੇ, ਜਿਸ ਤੋਂ ਬਾਅਦ ਅਮਰੀਕਾ ਤੇ ਈਰਾਨ ਦੋਵੇਂ ਹੀ ਇੱਕ ਦੂਜੇ ਖਿਲਾਫ ਆਪਣਾ ਸਖਤ ਰੁੱਖ ਅਪਣਾ ਰਹੇ ਨੇ। ਦੱਸ ਦਈਏ ਕਿ ਜਦੋਂ ਸੁਲੇਮਾਨੀ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਈਰਾਨ ਦੀ ਸੰਸਥਾ ਨੇ ਸਾਰੇ ਨਾਗਰਿਕਾਂ ਨੂੰ $1 ਦਾਨ ਕਰਨ ਦੀ ਅਪੀਲ ਕੀਤੀ ਤੇ ਟਰੰਪ ਦਾ ਸਿਰ ਕਲਮ ਕਰਨ ਵਾਲੇ ਨੂੰ $80 ਮਿਲੀਅਨ ਦੇਣ ਦਾ ਐਲਾਨ ਕੀਤਾ। ਖਬਰਾਂ ਮੁਤਾਬਿਕ ਇਸ ਐਲਾਨ ਤੋਂ ਬਾਅਦ ਟਰੰਪ ਨੇ ਵੀ ਇੱਕ ਟਵੀਟ ਕੀਤਾ। ਉਹਨਾਂ ਕਿਹਾ ਕਿ ਈਰਾਨ ਜੇ ਹਮਲੇ ਦੀ ਹਿਮਾਕਤ ਕਰਦਾ ਹੈ ਤਾਂ ਉਸਨੂੰ ਤੁਰੰਤ ਤੇ ਪੂਰੀ ਤਰ੍ਹਾਂ ਖਤਰਨਾਕ ਅੰਦਾਜ਼ ਵਿੱਚ ਜਵਾਬ ਦਿੱਤਾ ਜਾਵੇਗਾ। ਦੱਸ ਦਈਏ ਕਿ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ ਦੇ ਲੋਕ ਕਾਫੀ ਭੜਕੇ ਹੋਏ ਨੇ। ਬਿਊਰੋ ਰਿਪੋਰਟ, ਰੰਗਲਾ ਟੀਵੀ।